ਆਉਣ ਵਾਲੀ 31 ਮਾਰਚ 2019 ਦਿਨ ਐਤਵਾਰ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਮਹਾਨ ਉਪਰਾਲਾ 75 ਪਿੰਡਾਂ ਦੇ ਬੱਚਿਆਂ ਦਾ ਲੰਬੇ ਕੇਸਾਂ ਦਾ ਫਾਈਨਲ ਮੁਕਾਬਲਾ, ਜਿਸ ਵਿੱਚ 7 ਤੋਂ 23 ਸਾਲ ਤੱਕ ਦੇ ਬੱਚੇ ਭਾਗ ਲੈ ਰਹੇ ਹਨ। ਇਹ ਮੁਕਾਬਲਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਿੱਖੀ ਡਿਸਟ੍ਰਿਕਟ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹਨਾਂ ਮੁਕਾਬਲਿਆਂ ਵਿੱਚ ਦਿੱਤੇ ਜਾਣ ਵਾਲੇ ਇਨਾਮ, ਗਰੁੱਪ ਏ ਪਹਿਲਾ ਇਨਾਮ 21,000, ਦੂਜਾ ਇਨਾਮ 11,000, ਤੀਜਾ ਇਨਾਮ 5,100, ਚੌਥਾ ਇਨਾਮ 2,100। ਇਸ ਦੇ ਨਾਲ ਹੀ ਗਰੁੱਪ ਬੀ ਪਹਿਲਾ ਇਨਾਮ 11,000, ਦੂਸਰਾ ਇਨਾਮ 5,100, ਤੀਸਰਾ ਇਨਾਮ 2,100, ਚੌਥਾ ਇਨਾਮ 1,100। ਸੋ ਭਾਗ ਲੈਣ ਵਾਲੇ ਬੱਚੇ ਅਤੇ ਆਪ ਸਰਬੱਤ ਸਿੱਖ ਸੰਗਤਾਂ ਨੇ 31 ਮਾਰਚ 2019 ਦਿਨ ਐਤਵਾਰ ਨੂੰ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਿੱਖੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।